ਲੁਧਿਆਣਾ ਮੋਟਰਸਾਈਕਲ ਐਂਡ ਸਕੂਟਰ ਮਕੈਨੀਕਲ ਐਸੋਸੀਏਸ਼ਨ ਵੱਲੋਂ ਪੰਜਾਬ ਟ੍ਰੇਡ ਸੈਂਟਰ ਮਿਲਰਗੰਜ ਵਿਖੇ ਸਾਲਾਨਾ ਸਮਾਗਮ ਅਤੇ ਮਕੈਨਿਕ ਮੀਟ ਕਰਵਾਈ ਗਈ। ਐਸੋਸੀਏਸ਼ਨ ਦੇ ਮੈਂਬਰਾਂ ਸਮੇਤ ਪੂਰੇ ਪੰਜਾਬ ਭਰ ਤੋਂ ਮਕੈਨਿਕ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਦੌਰਾਨ 40 ਤੋਂ ਵੱਧ ਆਏ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਪੂਰੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਆਏ ਮਕੈਨਿਕਾਂ ਨੂੰ ਨਵੀਂ ਤਕਨੀਕ ਦੀ ਮਸ਼ੀਨਰੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਮੈਂ ਜੀਵਨ ਲਾਲ, ਚੀਫ ਰੇਜੈਂਟ ਲੁਧਿਆਣਾ ਮੋਟਰਸਾਈਕਲ ਸਕੂਟਰ ਮਕੈਨਿਕ ਐਸੋਸੀਏਸ਼ਨ। ਮੈਂ ਇਹ ਜਿਹੜੇ ਅਸੀਂ ਇਕੱਠ ਕੀਤਾ ਆ, ਪਹਿਲਾਂ ਤਾਂ ਇਸ ਕਰਕੇ ਕੀਤਾ ਕਿ ਮਕੈਨਿਕਾਂ ਦਾ ਭਾਈਚਾਰਾ, ਤੁਸੀਂ ਦੇਖਦੇ ਹੋ ਇਸ ਏਰੀਏ 'ਚ ਹਜ਼ਾਰਾਂ ਦੀ ਤਾਦਾਦ ਵਿੱਚ ਮਕੈਨਿਕ ਸਾਡੇ ਕੋਲ ਪੇਸ਼ ਹੋਏ ਆ, ਜਿਸ ਦੇ ਵਿੱਚ ਅਸੀਂ ਕੀ ਲੜਾਈ ਲੜ ਰਹੇ ਹਾਂ ਕਿ ਜਿਹੜਾ ਪੈਟਰੋਲ ਦੀ ਰੇਟ ਦਿਨੋਂ ਦਿਨ ਵੱਧ ਰਹੇ ਆ, ਅਸੀਂ ਗੁਰਕੀਰਤ ਜੀ TVS ਵੱਲੋਂ ਸਾਰੇ ਜੋ ਜੋ ਨਵੀਂ ਤਕਨੀਕ ਲੈ ਕੇ ਆਏ ਹਾਂ ਤਾਂ ਕਿ ਪੈਟਰੋਲ ਦੀ ਖਪਤ ਲੋਕਾਂ ਦੀ ਘੱਟ ਹੋਵੇ। ਜੇ ਗੌਰਮੈਂਟ ਉੱਧਰ ਚੱਲ ਰਹੀ ਹੈ, ਅਸੀਂ ਤੇਲ ਨੂੰ ਘੱਟ ਕਰਨ ਵਾਸਤੇ ਚੱਲੇ ਹੋਏ ਹਾਂ। ਸਾਡੇ ਨਾਲ ਸਾਰੇ ਬੰਦੇ ਸਹਿਯੋਗ ਕਰ ਰਹੇ, ਸਾਰੇ ਕਾਊਂਟਰ ਲੱਗੇ ਹੋਏ ਆ, ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ, ਸਾਡੀ ਪੰਜਾਬ ਦੇ ਵਿੱਚ ਐਸੋਸੀਏਸ਼ਨ ਇਸ ਟਾਈਮ ਚੱਲ ਰਹੀ ਆ। ਅਸੀਂ ਬਹੁਤ ਧੰਨਵਾਦੀ ਤੁਹਾਡੇ, ਮਿਹਰਬਾਨੀ। ਮੈਂ ਗੁਰਕੀਰਤ ਸਿੰਘ, ਐਗਜੈਕਟਿਵ ਡਾਇਰੈਕਟਰ ਗੁਲਜ਼ਾਰ TVS, ਇਸ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ। ਬਹੁਤ ਹੀ ਵੱਡੀ ਸੰਸਥਾ ਨੂੰ ਚਲਾਉਣਾ, 700-800 ਮੈਂਬਰਸ ਹੋਣੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ, ਲੁਧਿਆਣੇ ਦੇ ਆਸ ਪਾਸ ਦੇ ਜਿੰਨੇ ਵੀ ਛੋਟੇ ਸ਼ਹਿਰ ਹੈਗੇ ਨੇ, ਸੈਣੀ ਸਾਹਿਬ ਅਤੇ JKG ਨੇ ਬਹੁਤ ਮਿਹਨਤ ਕੀਤੀ ਹੈਗੀ ਇਸ ਪ੍ਰੋਗਰਾਮ ਨੂੰ ਬਣਾਉਣ 'ਚ। ਅਤੇ ਇਸ ਪ੍ਰੋਗਰਾਮ ਰਾਹੀਂ ਸਾਡੇ ਵਰਗੀਆਂ ਕੰਪਨੀਆਂ TVS ਮੋਟਰਸ ਤੋਂ ਲੈ ਕੇ ਜਿਹੜੀਆਂ ਹੋਰ ਪਾਰਟਸ ਬਣਾਉਂਦੀਆਂ ਨੇ, ਮਿੰਡਾ, ਇਹਨਾਂ ਸਾਰਾ ਕੰਪਨੀਆਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਮਕੈਨਿਕਸ ਨੂੰ ਦੱਸੀਏ ਕਿ ਕੱਲ੍ਹ ਨੂੰ ਕਿਹੜੀ ਟੈਕਨੋਲੋਜੀ ਆ ਰਹੀ ਹੈ, ਕਿਹੜੇ ਨਵੇਂ ਪ੍ਰੋਡਕਟਸ ਆ ਰਹੇ ਨੇ, ਉਹਨਾਂ ਦੀ ਟ੍ਰੇਨਿੰਗ ਦੇਣੀ, ਉਹਦੇ ਵਾਸਤੇ ਸਪੈਸ਼ਲ ਟੂਲਸ ਬਾਰੇ ਦੱਸਣਾ, ਅਤੇ ਆਪਣੇ ਨਵੇਂ ਪ੍ਰੋਡਕਟਸ ਨੂੰ ਅਸੀਂ ਮਕੈਨਿਕਸ ਤੱਕ ਲੈ ਕੇ ਜਾਈਏ ਤਾਂ ਕਿ ਉਹ ਵੀ ਜਾਗਰੂਕ ਹੋਣ ਕਿ ਟੈਕਨੋਲੋਜੀ ਕਿਹੜੀ ਦਿਸ਼ਾ ਵੱਲ ਜਾ ਰਹੀ ਹੈ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਮਕੈਨਿਕਸ ਦਾ, ਜੋ ਸਾਰੇ ਜਿਹਨੇ ਵੱਧ ਚੜ ਕੇ ਆਏ ਨੇ ਅਤੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਇਆ। ਥੈਂਕ ਯੂ। ਲੁਧਿਆਣਾ ਤੋਂ ਰਾਕੇਸ਼ ਗਰਗ ਦੀ ਰਿਪੋਰਟ, ਚੈਨਲ 2।